ਤਾਂ ਪਿਆਰੀ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨੂੰ ਉਹਦੇ ਆਖਲਾ ਪੱਕੇ ਤਿਆਰੀ ਦੀਨ ਆਪਾਂ ਕਿੱਤਰ ਮਿਤੀ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਸਵਾਲ ਨੰਬਰ 90 ਤੇ ਆ ਗਏ ਧਿਆਨ ਨਾਲ ਦੇਖੋ ਕੀ ਕਹਿੰਦਾ ਕਹਿੰਦਾ ਇੱਕ ਆਇਤਾਕਾਰ ਪਲਾਟ ਦੀ ਲੰਬਾਈ ਇਸ ਦੀ ਚੌੜਾਈ ਦੀ 3 ਗੁਣੀ ਹੈ ਇੱਕ 18/9 ਮੀਟਰ ਵਿਮਾਵਾਂ ਵਾਲਾ ਤਰਨਤਾਲ ਇਸ ਦਾ 1/6 ਭਾਗ ਘੇਰਦਾ ਹੈ ਪਲਾਟ ਦੀ ਲੰਬਾਈ ਕਿੰਨੀ ਹੈ ਤਾਂ ਬੇਟਾ ਇੱਥੇ ਤੁਹਾਨੂੰ ਕਿਹਾ ਸੀ ਡਾਇਗਰਾਮ ਬਣਾ ਲਓਗੇ ਸਵਾਲ ਸੇ ਛੇਤੀ ਨਿਕਲ ਆਊਗਾ ਇੱਕ ਆਇਤਾਕਾਰ ਪਲਾਟ ਆ ਬੇਟਾ ਤੇ ਇਹਦੀ ਲੰਬਾਈ ਹੈ ਜਿਹੜੀ ਚੌੜਾਈ ਨਾਲੋਂ ਤਿੰਨ ਗੁਣੀ ਆ ਅਸੀਂ ਚੌੜਾਈ ਨੂੰ x ਮੰਨ ਲੈਂਦੇ ਆ ਲੰਬਾਈ 3x ਮੰਨ ਲੈਂਦੇ ਆ ਠੀਕ ਆ ਬੇਟਾ ਇੱਕ ਫਿਰ ਕਹਿੰਦਾ ਤਰਨਤਾਲ ਆ ਇੱਕ ਛੋਟਾ সুইমিਂਗ ਪੂਲ ਆ ਜਿਹੜਾ 18/9 ਮੀਟਰ ਦਾ ਆ ਠੀਕ ਆ ਇਹ ਇਹਦਾ 1/6 ਭਾਗ ਘੇਰ ਦਾ ਪਿਆ ਆ ਠੀਕ ਆ ਤਾਂ 18 ਬਾਈ 9 ਮੀਟਰ ਦਾ ਹੈਗਾ ਠੀਕ ਹੈ ਤਾਂ ਇਹਦਾ ਅਸੀਂ ਇਹਦਾ ਖੇਤਰਫਲ ਹੈ ਜਿਹੜਾ 1/6 ਹਿੱਸਾ ਕੀ ਦਤਾ ਪਿਆ ਆਪਾਂ ਇੱਥੋਂ ਇਹਦਾ ਖੇਤਰਫਲ ਕੱਢ ਲਵਾਂਗੇ ਠੀਕ ਹੈ ਤਾਂ ਖੇਤਰਫਲ ਆਏ ਦਾ ਜਿਹੜਾ ਹੈਗਾ ਆਇਤ ਦਾ ਖੇਤਰਫਲ ਕੀ ਹੁੰਦਾ ਹੈ ਇਹਦਾ ਖੇਤਰਫਲ ਕਿੰਨਾ ਆਜੂਗਾ ਲੰਬਾਈ ਗੁਣਾ ਚੜਾਈ 18 9 18 ਨੂੰ 9 162 162 ਮੀਟਰ ਸਕੇਅਰ ਖੇਤਰਫਲ ਆ ਇਸ ਤਰ੍ਹਾਂ ਅੰਤਾਲ ਦਾ ਜਿਹੜਾ ਇਹਦਾ 1/6 ਭਾਗ ਘਿਰਦਾ ਪਿਆ ਹੈ ਠੀਕ ਹੈ ਤਾਂ ਅਸੀਂ ਕੀ ਕਰਾਂਗੇ ਬੇਟਾ ਪੂਰਾ ਇਹਦਾ ਖੇਤਰਫਲ ਕਰ ਲੱਭ ਲਵਾਂਗੇ ਇਹਦਾ ਖੇਤਰਫਲ ਕੀ ਆਜੂਗਾ ਇਹ 1/6 ਭਾਗ ਆ 162 ਮੀਟਰ ਠੀਕ ਹੈ ਤਾਂ ਤੁਸੀਂ ਲਿਖ ਦਿਓ ਇਹ ਹਿੱਸਾ ਖੇਤਰਫਲ ਇੱਕ ਆਈ ਲੌਨ ਦੀ ਲੋੜ ਨਹੀਂ ਹਿੱਸਾ ਅਸੀਂ ਅਨੁਪਾਤ ਲਾ ਦਵਾਂਗੇ ਖੇਤਰਫਲ ਅਸੀਂ ਪੂਰਾ ਖੇਤਰਫਲ ਲੱਭ ਲਵਾਂਗੇ ਜੇ ਬਟਾ 1/6 ਹਿੱਸਾ ਆਉਂਦਾ ਤਾਂ ਖੇਤਰਫਲ ਕਿੰਨਾ 162 ਤੇ ਜੇ ਹਿੱਸਾ 1 ਹੋ ਜਾਵੇ ਤਾਂ ਖੇਤਰਫਲ x ਮੰਨ ਲੈਂਦੇ ਆ ਅਸੀਂ ਠੀਕ ਹੈ ਜੇ ਪੂਰਾ ਹਿੱਸਾ ਹੋ ਜੇ ਆ x ਦੀ ਵੈਲਿਊ ਕੱਢ ਲੈਂਦੇ ਆ ਤਾਂ a ਦੀ a ਦੇ ਨਾਲ ਗੁਣਾ ਤੇ a ਦੀ a ਦੇ ਨਾਲ ਗੁਣਾ ਬਰਾਬਰ ਹੋ ਜਾਂਦੀ ਹੈ 1/6x बराबर 162 ਤੇ 6 ਨੇ ਇਧਰ ਜਾ ਕੇ ਗੁਣਾ ਕਰ ਜਾਣਾ ਇੱਕ ਦੋ ਬਾੜ ਦੇ ਨਾਲ ਤੇ x ਬਰਾਬਰ 162 6 ਤਾਂ a ਬਣ ਗਿਆ ਬੇਟਾ 6 ਦੋਣੀ 12 6 6 ਕਾ 36 ਤੇ 1 37 6 ਕਮ 6 ਤੇ 3 9 972 ਵਰਗ ਮੀਟਰ ਆ ਗਿਆ ਠੀਕ ਹੈ ਬੇਟਾ ਹੁਣ ਆ ਜਿਹੜਾ ਪਲਾਟ ਆ a ਦਾ ਖੇਤਰਫਲ ਕਿੰਨਾ ਆ ਗਿਆ 972 ਵਰਗ ਮੀਟਰ ਠੀਕ ਹੈ ਅਨ ਸਾਨੂੰ ਲੰਬਾਈ ਤੇ ਚੜਾਈ ਅਸੀਂ ਪਤਾ ਕਰਨੀ ਆ ਅਸੀਂ x ਤੇ ਉਹਨੇ ਦੱਸਿਆ ਸੀ 3 ਗੁਣੀ ਆ ਤਾਂ ਅਸੀਂ ਇਹਨੂੰ ਇਹਦੇ ਨਾਲ ਗੁਣਾ ਕਰ ਦਾਂਗੇ x ਲੰਬਾਈ ਗੁਣਾ ਚੜਾਈ 3x ਗੁਣਾ x ਬਰਾਬਰ 972 ਠੀਕ ਆ ਇਹ 3 ਨੇ ਉੱਧਰ ਜਾ ਕੇ ਇਹਨੂੰ ਕੱਟ ਦੇਣਾ ਆ 3 30 9 3 2 6 ਤੇ 3 4 12 x ਦਾ x x 324 ਆ ਗਿਆ ਠੀਕ ਹੈ ਬੇਟਾ ਤੇ ਬੇਟਾ ਅਸੀਂ ਕੀ ਕਰਦੇ ਹਾਂ ਫਿਰ ਦੋਵੇਂ ਪਾਸੇ ਵਰਗਮੂਲ ਕੱਢ ਲਵਾਂਗੇ ਇਹ x x x² 324 ਤੇ ਅਸੀਂ ਕੀ ਕਰਾਂਗੇ ਬੇਟਾ ਦੋਵੇਂ ਪਾਸੇ ਵਰਗਮੂਲ ਇਦਾਂ ਦੇ ਸਵਾਲ ਬੇਟਾ ਪਹਿਲਾਂ ਵੀ ਆਏ ਆ ਪਰ ਇਹ ਬੇਟਾ ਤੁਹਾਨੂੰ ਕੱ ਸਿੱਖਣੇ ਹੀ ਪੈਣਗੇ ਅਸੀਂ ਇਹਦੇ ਚੋਂ ਤਾਂ ਬੇਟਾ x ਦੇ ਗੁਣਨਖੰਡ x guna, x ਬਣ ਜਾਣਗੇ ਦੋਵਾਂ ਚੋਂ ਇੱਕ ਇੱਕ ਸਾਂਝਾ ਲੈ ਲੈਨੇ ਆ ਤਾਂ 324 ਦੇ ਅਸੀਂ ਗੁਣਨਖੰਡ ਬਣਾ ਲੈਨੇ ਆ ਉਹ ਜੋਟਿਆਂ-ਜੋਟਿਆਂ ਚੋਂ ਇੱਕ-ਇੱਕ ਸਾਂਝਾ ਲੈ ਲਾਂਗੇ ਠੀਕ ਹੈ ਬੇਟਾ ਤਾਂ ਅਸੀਂ ਬੇਟਾ ਇਹਦੇ ਜਿਹੜੇ ਹੈਗੇ ਆ 324 ਦੇ ਇੱਥੇ ਗੁਣਨਖੰਡ ਬਣਾ ਲਾਂਗੇ ਇਹ ਬਣ ਜਾਣਗੇ 2 2 3 3 3 3 ਆ ਬੇਟਾ ਬਣਾਏ ਹੋਏ ਆ ਟਾਈਮ-ਟਾਈਮ ਬਚਾਉਣ ਦੇ ਲਈ ਤੁਸੀਂ ਇਸ ਤਰ੍ਹਾਂ ਬਣਾ ਲੈਣੇ ਇਹਦੇ ਗੁਣਨਖੰਡ ਹੁਣ ਬੇਟਾ ਆ ਜੂਟਿਆਂ-ਜੂਟਿਆਂ ਚੋਂ ਇੱਕ-ਇੱਕ ਬਾਹਰ ਕੱਢ ਲਵਾਂਗੇ ਇੱਕ ਆ ਦੂਆ ਬਾਹਰ ਆ ਗਿਆ ਇੱਕ ਆ ਤੀਆ ਜੋਟੇ ਚੋਂ ਬਾਹਰ ਆ ਜਾਣਾ ਇੱਕ ਆ ਜੋਟਾ ਬਣਦਾ ਪਿਆ ਠੀਕ ਹੈ ਤਾਂ ਇਧਰੋਂ ਬੇਟਾ ਐਕਸ ਬਾਹਰ ਆ ਜਾਣਾ ਐਕਸ ਬਰਾਬਰ 2 3 3 ਤਾਂ ਇਹ 2 3 6 3 18 ਤਾਂ ਐਕਸ ਕਿੰਨਾ ਆ ਗਿਆ ਬਰਾਬਰ 18 ਮੀਟਰ ਤਾਂ ਬੇਟਾ ਇਹਦੀ ਜਿਹੜੀ ਲੰਬਾਈ ਆ ਉਹ 18 ਮੀਟਰ ਆ ਗਈ ਤੇ ਚੌੜਾਈ ਹੈ ਜਿਹੜੀ 3 18 ਉਹ 54 ਮੀਟਰ ਆ ਗਈ ਹੁਣ ਬੇਟਾ ਉਹ ਕੀ ਪੁੱਛਦਾ ਪਿਆ ਪਲਾਟ ਦੀ ਲੰਬਾਈ ਕਿੰਨੀ ਹੈ ਤਾਂ ਲੰਬਾਈ ਬੇਟਾ 54 ਮੀਟਰ ਉੱਤਰ ਆ ਗਿਆ ਆਪਾਂ ਆਰਟ ਨੇਟ ਆਨਸਰ ਦੇਖਦੇ ਆ ਬੇਟਾ ਤਾਂ ਸੀ 1 54 ਮੀਟਰ ਦਿੰਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 90 ਤੇ ਅਗਲਾ ਸਵਾਲ ਬੇਟਾ ਆਪਾਂ ਕਰਦੇ ਹਾਂ 6/8 ਦਾ ਇਹ ਬੇਟਾ ਆਪਾਂ ਅਗਲਾ ਸਵਾਲ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ